ਤੁਸੀਂ ਆਸਟ੍ਰੇਲੀਆ ਦੀ AFL ਦੇਖਦੇ ਹੋ, ਬੜੀਆਂ ਹੋਰ ਗੇਮਾਂ ਨੇ ਬਹੁਤ ਉਤਲੇ ਲੈਵਲ ਤੇ ਪਹੁੰਚ ਗਈਆਂ, ਪਰ ਇਹ ਕਬੱਡੀ ਆਪਾਂ ਕਹਿ ਤਾਂ ਦਿੰਨੇ ਆ ਵੀ ਬਾਹਲੀ ਤਰੱਕੀ ਕਰ ਗਈ, ਨਹੀਂ ਇਹਨੇ ਕੁਝ ਵੀ ਤਰੱਕੀ ਨਹੀਂ ਕੀਤੀ ਹਾਲੇ। ਇਹ ਉੱਥੇ ਹੀ ਆ, ਆਪਾਂ ਨੂੰ ਇਹ ਲੱਗੀ ਜਾਂਦਾ ਵੀ ਪਲੇਅਰਾਂ ਨੂੰ ਇਹ ਆ ਵੀ ਸਾਨੂੰ $5-10,000 ਮਿਲਣ ਲੱਗ ਗਿਆ ਤੇ ਤਰੱਕੀ ਆ, ਐਡੇ ਐਡੇ ਮਾਲ ਆ ਯਾਰ, ਇਹਨਾਂ ਦਾ ਰੇਟ $1,000,000,000 ਚਾਹੀਦਾ ਜੇ ਕਿਸੇ ਚੰਗੇ ਧੱਕੇ ਤਾਂ ਵਾਲੇ ਲੈਵਲ ਤੇ ਗੱਲ ਗਈ ਹੁੰਦੀ। ਖੁਸ਼ੀ ਇਹ ਤੇਰੀ ਸਿਫਤਾ ਨੌਜਵਾਨਾਂ ਪਹਿਲਾਂ ਆ ਗਿਆ, ਤੈਨੂੰ ਦੁਨੀਆ ਪਿਆਰ ਵੀ ਇਸੇ ਗੱਲੋਂ ਕਰਦੀ ਹੈ, ਅਨੁਸ਼ਾਸਨ ਦਾ ਪੱਕਾ ਹੈ ਸਾਰਿਆਂ। ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਆ ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ। ਇਹ ਪਿਆਰ ਹੈ ਨਾ ਜਿਹੜਾ ਖੁਸ਼ੀ, ਇਹ ਔਖਾ ਮਿਲਦਾ, ਇਹ ਤੈਨੂੰ ਮਿਲਿਆ ਤੇ ਕਬੂਲ। ਨੌਜਵਾਨਾਂ ਸਤਨਾਮ ਆ ਗਿਆ ਖੁਸ਼ੀ ਤੇ ਜਿਹੜੇ ਮੁੰਡੇ ਨੇ ਹੁਣ ਮੱਥਾ ਟੇਕਿਆ ਸਤਨਾਮ ਖੇੜੀ ਚਹਿਲਾਂ ਦਾ, ਇਹ ਮੇਰੇ ਵੀਰੋ ਪਲੇਅਰ ਵੀ ਆ ਪਿਆਰ ਵੀ ਆ, ਇਹ ਰਿਸ਼ਤੇਦਾਰੀ ਦੇ ਵਿੱਚ ਸਾਡੂ ਸਾਡੂ ਨੇ, ਇਹ ਸਾਡੂ ਨੇ, ਇੱਕੋ ਟੀਮ ਚ ਖੇਡ ਰਹੀ ਹੈ ਸਤਨਾਮ ਨਵੀ ਸਤਨਾਮ। ਇੱਕ ਸਤਨਾਮ ਸਾਗਰ ਦੀਆਂ ਗੱਲਾਂ ਕਿ ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਹੁਣ ਵੀ ਪੰਜਾਬੀਆਂ ਨੇ ਬਸ ਕਿੱਥੇ ਲਿਜਾ ਕੇ ਬਿਠਾ ਤਾ, ਜਿਹੜੇ ਪਾਸੇ ਪੈ ਜਾਂਦੇ ਆ ਪੰਜਾਬੀ। ਮੇਰੀ ਬੇਨਤੀ ਹੈ ਜੀ, ਪੰਜਾਬ ਯੂਥ ਦੀ ਟੀਮ ਆ ਗਈ ਹੈ, ਦੂਜੀ ਟੀਮ ਹੈ ਜਿਹੜੀ ਉਹ ਵੈਸਟਰਨ ਖਾਲਸਾ ਸਿਡਨੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਵੈਸਟਰਨ ਖਾਲਸਾ ਸਿਡਨੀ ਦੀ ਟੀਮ, ਸਾਰੇ ਪਲੇਅਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਦੇ ਵਿੱਚ ਇਹ ਬਹੁਤ ਵੱਡੀ ਘਾਟ ਹੈ। ਇੱਕ ਤੇ ਸਾਰੇ ਨਹੀਂ ਕਹਿੰਦਾ ਮੈਂ, ਜਿਵੇਂ ਸਾਰਿਆਂ ਨੂੰ ਕਹਿੰਦਾ ਕਿ ਸਮੇਂ ਦੇ ਪਾਬੰਦ ਨਹੀਂ, ਨਹੀਂ ਉੱਥੇ ਖੁਸ਼ੀ ਨੇ ਗਲਤ ਪੈ ਜਾਣਾ, ਉਹ ਸਭ ਤੋਂ ਪਹਿਲਾਂ ਆ ਗਿਆ, ਪਰ ਇਹ ਕਬੱਡੀ ਦੇ ਵਿੱਚ ਬੜੀ ਘਾਟ ਹੈ ਬਈ, ਪਲੇਅਰ ਕਾਫੀ ਪਾਸੇ ਹਾਂ ਕਰ ਦਿੰਦੇ ਆ। ਤੁਸੀਂ ਸਿਰਫ ਮੇਰਾ ਵੀਰ ਬਣ ਕੇ ਨਾ ਹਾਂ ਉਦੋਂ ਹੀ ਕਰਨੀ ਹੈ ਜਦੋਂ ਤੁਹਾਨੂੰ ਪੱਕਾ ਸ਼ੋਰ ਹੈ ਵੀ ਅਸੀਂ ਇੱਧਰ ਖੇਡਣਾ ਹੱਥ ਜੋੜ ਕੇ। ਇੱਕ ਮੇਰੀ ਹੋਰ ਬੇਨਤੀ ਹੈ, ਕਈ ਵਾਰ ਕੀ ਹੁੰਦਾ ਹੈ ਪਲੇਅਰ ਦੀ ਹਾਂ ਦੂਜੇ ਪਾਸੇ ਹੋਈ ਹੁੰਦੀ ਹੈ ਜਾਂ ਕੁਛ ਵੀ ਹੈ, ਠੀਕ ਹੈ ਵੀਰੇ, ਹਾਂ ਦੂਜੇ ਪਾਸੇ ਹੋਈ ਹੁੰਦੀ ਹੈ ਪਲੇਅਰ ਦੀ, ਹੁਣ ਕਬੱਡੀ ਚੱਲ ਰਿਹਾ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਭਰਾਵਾਂ ਨੂੰ। ਕਬੱਡੀ ਵਾਲੇ ਕਹਿ ਦਿੰਦੇ ਆ ਜੀ ਸਾਨੂੰ ਉੱਤੋਂ ਫੋਨ ਆ ਗਿਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਹੱਥ ਜੋੜ ਕੇ ਯਾਰ ਉਹ ਵੀ ਸਾਡੇ ਭਰਾ ਹੀ ਨੇ ਜਿਹੜੇ ਫੋਨ ਕਰਦੇ ਆ, ਜਿਹੜੇ ਕਰਾਉਂਦੇ ਉਹ ਵੀ ਭਰਾ ਹੀ ਨੇ, ਤੇ ਜਿਨ੍ਹਾਂ ਨੂੰ ਜਾਂਦੇ ਆ, ਕਿਰਪਾ ਕਰਕੇ ਆਪਾਂ ਇਹ ਵੀ ਚੀਜ਼ਾਂ ਨਾ ਜਮਾਂ ਹੀ ਬੰਦ ਕਰ ਦਈਏ, ਇਹ ਕਬੱਡੀ ਦੇ ਲਈ ਸਹੀ ਨਹੀਂ ਹੈ। ਜਿਹੜਾ ਵੀ ਕਰਾਉਂਦਾ, ਮੈਂ ਕਹਿੰਦਾ ਨਹੀਂ, ਜੋ ਵੀ ਕਰਾਉਂਦਾ ਜੇ ਉਹਦੇ ਕੋਲ ਖੜ ਜਾਓ ਉਹ ਉਹਨਾਂ ਦਾ ਨਾਂ ਲਈ ਜਾਂਦਾ, ਉਹਨਾਂ ਕੋਲ ਖੜ ਜਾਓ ਉਹਨਾਂ ਦਾ ਨਾਂ ਲਈ ਜਾਂਦਾ, ਯਾਰ ਇੱਦਾਂ ਨਾ ਕਰਿਆ ਕਰੋ।